ਚੜ੍ਹਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਮੈਂ ਹਾਂ ਗੁਰਵਿੰਦਰ ਸੰਧੂ। ਮਾਰਦਿਆਂ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਤੇ। ਕੈਪਟਨ ਦਾ ਕਰਫਿਊ ਐਗਜ਼ਿਟ ਪਲਾਨ, ਭਲਕੇ ਕਮੇਟੀ ਦੀ ਰਿਪੋਰਟ ਤੋਂ ਬਾਅਦ ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ। ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 256, ਦੋ ਪੱਤਰਕਾਰ ਅਤੇ ਜਲੰਧਰ ਦੇ ਮੇਅਰ ਦਾ OSD ਵੀ ਕੋਰੋਨਾ ਪਾਜ਼ਿਟਿਵ। ਦੇਸ਼ ਅੰਦਰ ਕੋਰੋਨਾ ਨਾਲ ਪੀੜਤਾਂ ਦੀ ਗਿਣਤੀ ਪਹੁੰਚੀ 20,000 ਦੇ ਕਰੀਬ। 24 ਘੰਟਿਆਂ ਵਿੱਚ 1300 ਨਵੇਂ ਮਾਮਲੇ ਆਏ ਸਾਹਮਣੇ। ਹੁਣ ਖਬਰਾਂ ਵਿਸਥਾਰ ਨਾਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਲੋਕਡਾਊਨ ਤੇ ਕਰਫਿਊ ਨੂੰ ਲੈ ਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਰਾਹੀਂ ਉਹ ਲੋਕਾਂ ਦੇ ਰੂਬਰੂ ਹੋਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਇੱਕ 20 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਜਿਸ ਤੋਂ ਬਾਅਦ ਹੀ ਉਹ ਲੋਕਡਾਊਨ ਤੇ ਕਰਫਿਊ ਨੂੰ ਲੈ ਕੇ ਕੋਈ ਫੈਸਲਾ ਲੈ ਸਕਦੇ ਸਨ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਅਪ੍ਰੈਲ ਤੋਂ ਬਾਅਦ ਛੂਟ ਦੇਣ ਦਾ ਕੁਝ ਐਲਾਨ ਕੀਤਾ ਸੀ ਕਿ ਜਿਹੜੇ ਗ੍ਰੀਨ ਜ਼ੋਨ ਦੇ ਜ਼ਿਲ੍ਹੇ ਨੇ ਉਹਨਾਂ ਵਿੱਚ ਕੁਝ ਛੂਟ ਮਿਲ ਸਕਦੀ ਹੈ, ਕੁਝ ਰਾਹਤ ਦਿੱਤੀ ਜਾ ਸਕਦੀ ਹੈ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਨਕਾਰਦੇ ਹੋਏ ਖੁਦ ਆਪਣਾ ਫੈਸਲਾ ਰੱਖਿਆ ਅਤੇ ਆਪਣੇ ਫੈਸਲੇ 'ਤੇ ਕਾਇਮ ਰਹੇ। ਉਹਨਾਂ ਨੇ ਕਮੇਟੀ ਦਾ ਗਠਨ ਕੀਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਲੈਣਾ ਹੈ ਕਿ ਲੋਕਡਾਊਨ ਜਾਂ ਕਰਫਿਊ ਨੂੰ ਹੋਰ ਵਧਾਇਆ ਜਾ ਸਕਦਾ ਹੈ ਜਾਂ ਨਹੀਂ, ਕੀ ਐਗਜ਼ਿਟ ਪਲਾਨ ਰਹੇਗਾ ਕਰਫਿਊ ਦਾ, ਕਰਫਿਊ ਨੂੰ ਲੈ ਕੇ ਕੀ ਰਣਨੀਤੀ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੀਰਵਾਰ ਯਾਨੀ ਭਲਕੇ ਉਹਨਾਂ ਨੂੰ ਰਿਪੋਰਟ ਮਿਲ ਜਾਵੇਗੀ ਕਮੇਟੀ ਵੱਲੋਂ, ਜੋ ਸਬਮਿਟ ਕੀਤੀ ਜਾਵੇਗੀ, ਜਿਸ ਤੋਂ ਬਾਅਦ ਸਰਕਾਰ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਸਾਥ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਿਸਾਨਾਂ ਦੀ ਵਾਢੀ ਚੱਲ ਰਹੀ ਹੈ, ਕਣਕ ਜਿਹੜੀ ਹੈ ਉਹ ਮੰਡੀਆਂ ਦੇ ਵਿੱਚ ਪਹੁੰਚ ਰਹੀ ਹੈ ਅਤੇ ਕਣਕ ਨੂੰ ਸਰਕਾਰ ਜਿਹੜੀ ਹੈ ਸੰਜਿਦਾ ਲੈਂਦੇ ਹੋਏ ਇਸ ਚੀਜ਼ ਨੂੰ ਪੂਰੀ ਉਸ 'ਤੇ ਦੇਖਭਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਖੇਤੀਬਾੜੀ ਮਹਿਕਮੇ ਵੱਲੋਂ, ਅਤੇ ਜਿਹੜਾ ਵੀ ਵਿਭਾਗ ਖੇਤੀਬਾੜੀ ਵਿਭਾਗ ਹੈ ਉਸ ਦੇ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਕੋਰੋਨਾ ਨੂੰ ਹਰਾਉਣ ਦਾ ਇੱਕੋ ਇੱਕ ਇਲਾਜ ਹੈ ਸੋਸ਼ਲ ਡਿਸਟੈਂਸਿੰਗ, ਯਾਨੀ ਕਿ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ। ਉਹਨਾਂ ਕਿਹਾ ਕਿ ਕਰਫਿਊ ਭਾਵੇਂ ਖਤਮ ਵੀ ਹੋ ਜਾਵੇ ਪਰ ਜਿਹੜੀ ਸੋਸ਼ਲ ਡਿਸਟੈਂਸਿੰਗ ਆ ਉਹ ਜਾਰੀ ਰਹਿਣੀ ਚਾਹੀਦੀ ਹੈ। ਕੀ ਐਗਜ਼ਿਟ ਪਲਾਨ ਹੋਵੇਗਾ ਭਲਕੇ, ਤੁਹਾਨੂੰ ਜਿਹੜਾ ਭਲਕੇ ਬੁਲੇਟਿਨ ਕਰਾਂਗੇ ਉਸ ਦੇ ਵਿੱਚ ਜ਼ਰੂਰ ਜਾਣਕਾਰੀ ਦੇਵਾਂਗੇ। ਪਰ ਅੱਜ ਦੀ ਹੁਣ ਤੱਕ ਦੀ ਖਬਰ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਕਰਫਿਊ ਐਗਜ਼ਿਟ ਪਲਾਨ ਹੈ ਉਸ ਦੇ ਵਿੱਚ ਉਹਨਾਂ ਨੇ ਭਲਕੇ ਵੱਡਾ ਫੈਸਲਾ ਸਰਕਾਰ ਲੈ ਸਕਦੀ ਹੈ ਅਤੇ ਕਰਫਿਊ ਨੂੰ ਜਿਹੜਾ ਕੋਰੋਨਾ ਨੂੰ ਹਰਾਉਣ ਦਾ ਜਿਹੜਾ ਇੱਕ ਆਪਰੇਸ਼ਨ ਹੈ ਇਸ ਦਾ ਨਾਮ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪਰੇਸ਼ਨ ਫਤਿਹ ਰੱਖਿਆ ਗਿਆ ਹੈ। ਗੱਲ ਕਰਾਂਗੇ ਸੂਬੇ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਹੋ ਰਹੇ ਵਾਧੇ ਦੀ। ਜਲੰਧਰ ਤੋਂ ਨਵੇਂ ਮਾਮਲੇ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 5 ਨਵੇਂ ਮਾਮਲੇ ਜਲੰਧਰ ਤੋਂ ਸਾਹਮਣੇ ਆਏ ਨੇ ਕੋਰੋਨਾ ਪੀੜਤਾਂ ਦੇ। ਹੁਣ ਤੱਕ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ ਸੂਬੇ ਅੰਦਰ 256 ਹੋ ਚੁੱਕੀ ਹੈ। ਜਿਹੜੇ 5 ਨਵੇਂ ਮਾਮਲੇ ਆਏ ਨੇ ਹੈਰਾਨੀਜਨਕ ਮਾਮਲੇ ਨੇ, ਕਿਉਂਕਿ 2 ਪੱਤਰਕਾਰ ਵੀ ਕੋਰੋਨਾ ਪੀੜਿਤ ਪਾਏ ਗਏ ਨੇ ਇਹਨਾਂ ਮਾਮਲਿਆਂ ਵਿੱਚੋਂ। ਮੇਅਰ ਦਾ ਇੱਕ OSD ਜਿਹੜਾ ਹੈ ਉਹ ਕੋਰੋਨਾ ਪੋਜ਼ਿਟਿਵ ਪਾਇਆ ਗਿਆ, ਜਿਸ ਤੋਂ ਬਾਅਦ ਹੁਣ ਮੇਅਰ ਅਤੇ ਮੇਅਰ ਦੀ ਪੂਰੀ ਟੀਮ ਅਤੇ ਖਾਸ ਤੌਰ 'ਤੇ ਉਸ ਵਿਭਾਗ ਦੇ ਵਿੱਚ ਖਲਬਲੀ ਮੱਚ ਗਈ ਹੈ ਜਿਹੜੇ ਵੀ ਮੇਅਰ ਦੇ ਨੇੜੇ ਜਾਂ ਆਲੇ ਦੁਆਲੇ ਰਹਿੰਦੇ ਸੀਗੇ। ਹੁਣ ਗੱਲ ਕਰਾਂਗੇ ਨਿਗਮ ਦੀ। ਨਿਗਮ ਦੇ ਵਿੱਚ ਖਲਬਲੀ ਮੱਚਣ ਤੋਂ ਬਾਅਦ ਹੁਣ ਟੈਸਟਿੰਗ ਦਾ ਅਤੇ ਸੈਂਪਲ ਲੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਜਾਂਚ ਕੀਤੀ ਜਾ ਰਹੀ ਹੈ ਸਿਹਤ ਮਹਿਕਮੇ ਵੱਲੋਂ ਕਿ ਕਿਹੜੇ ਕਿਹੜੇ ਲੋਕ ਸੀਗੇ ਜਿਹੜੇ ਇਸ OST ਦੇ ਸੰਪਰਕ ਦੇ ਵਿੱਚ ਸੀਗੇ। 2 ਪੱਤਰਕਾਰ ਵੀ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ ਜਲੰਧਰ ਦੇ ਵਿੱਚ। ਜਲੰਧਰ ਦੇ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 53 ਹੋ ਗਈ ਹੈ। ਜੇਕਰ ਗੱਲ ਕੀਤੀ ਜਾਵੇ ਮੋਹਾਲੀ ਦੀ ਤਾਂ ਮੋਹਾਲੀ ਤੋਂ ਬਾਅਦ ਹੁਣ ਜਲੰਧਰ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। ਮੋਹਾਲੀ ਦੇ ਵਿੱਚ ਹੁਣ ਤੱਕ 62 ਮਰੀਜ਼ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ, ਤਾਂ ਉਸ ਤੋਂ ਬਾਅਦ ਜਲੰਧਰ ਦੇ ਵਿੱਚ 53 ਲੋਕ ਜਿਹੜੇ ਨੇ ਉਹ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਨਾਲ ਹੀ ਗੱਲ ਕਰਾਂਗੇ ਪਟਿਆਲਾ ਦੀ। ਪਟਿਆਲਾ ਦੇ ਵਿੱਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਤੱਕ 31 ਮਰੀਜ਼ ਜਿਹੜੇ ਨੇ ਉਹ ਕੋਰੋਨਾ ਪੋਜ਼ਿਟਿਵ ਪਾਏ ਜਾ ਚੁੱਕੇ ਨੇ। ਪਟਿਆਲਾ ਦੀ ਜੇਕਰ ਗੱਲ ਕੀਤੀ ਜਾਵੇ, ਇਹ ਟੌਪ 3 ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਿਆਂ ਦੀ, ਤਾਂ ਉਹਨਾਂ ਦੇ ਵਿੱਚੋਂ ਪਟਿਆਲਾ, ਜਲੰਧਰ ਤਾਂ ਮੋਹਾਲੀ, ਇਹ 3 ਜ਼ਿਲ੍ਹੇ ਜਿਹੜੇ ਨੇ ਉਹ ਟੌਪ ਦੇ ਵਿੱਚ ਨੇ। ਨਵਾਂਸ਼ਹਿਰ ਦੀ ਵੀ ਗੱਲ ਕਰ ਲੈਂਦੇ ਹਾਂ। ਨਵਾਂਸ਼ਹਿਰ ਉਹ ਜ਼ਿਲ੍ਹਾ ਹੈ ਜਿਸਨੇ ਕੋਰੋਨਾ ਪੋਜ਼ਿਟਿਵ ਦੀ ਰਫ਼ਤਾਰ ਦੇ ਵਿੱਚ ਤੇਜ਼ੀ ਲਿਆਂਦੀ ਸੀਗੀ ਪੰਜਾਬ ਅੰਦਰ, ਅਤੇ ਹੁਣ ਉਹ ਰਫ਼ਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ।
ਹਾਲਾਂਕਿ ਨਵਾਂ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਬ੍ਰੇਕ ਲੱਗ ਚੁੱਕੀ ਹੈ। ਨਵਾਂ ਸ਼ਹਿਰ ਦੇ ਵਿੱਚ 18 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਪਰਤ ਚੁੱਕੇ ਨੇ, ਜਦਕਿ ਇੱਕ ਮਰੀਜ਼ ਜਿਹੜਾ ਬਲਦੇਵ ਸਿੰਘ ਜਿਸ ਤੋਂ ਸ਼ੁਰੂਆਤ ਹੋਈ ਸੀਗੀ ਉਸਨੇ ਆਪਣੀ ਇਸ ਬਿਮਾਰੀ ਦੇ ਨਾਲ ਜਾਨ ਗਵਾ ਦਿੱਤੀ ਹੈ। ਗੱਲ ਕਰਾਂਗੇ ਦੇਸ਼ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਹੋ ਰਹੇ ਵਾਧੇ ਦੀ। ਹੁਣ ਤੱਕ 1300 ਦੇ ਕਰੀਬ ਨਵੇਂ ਮਾਮਲੇ ਪਿਛਲੇ 24 ਘੰਟਿਆਂ ਦੇ ਵਿੱਚ ਸਾਹਮਣੇ ਆਏ ਨੇ। 40 ਦੇ ਕਰੀਬ ਲੋਕ ਅਜਿਹੇ ਨੇ ਜਿਹੜੇ ਇਸ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਾਅਦ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੇ। ਪਿਛਲੇ 24 ਘੰਟਿਆਂ ਦੀ ਗੱਲ ਕਰ ਰਹੇ ਹਾਂ। ਦੇਸ਼ ਦੇ ਅੰਦਰ ਹੁਣ ਤੱਕ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 19,984 ਹੋ ਗਈ ਹੈ ਤਾਂ ਮਰਨ ਵਾਲਿਆਂ ਦੀ ਗਿਣਤੀ 640 ਪਹੁੰਚ ਗਈ ਹੈ। ਯਾਨੀ ਕਿ ਕੋਰੋਨਾ ਪੀੜਤਾਂ ਦਾ ਆਂਕੜਾ 20,000 ਦੇ ਕਰੀਬ ਪਹੁੰਚ ਗਿਆ। ਹਾਲਾਂਕਿ ਖੁਸ਼ੀ ਵਾਲੀ ਅਤੇ ਚੰਗੀ ਗੱਲ ਇਹ ਹੈ ਕਿ ਹੁਣ ਤੱਕ 3800 ਤੋਂ ਵੱਧ ਲੋਕ ਅਜਿਹੇ ਨੇ ਜਿਹੜੇ ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਪਰਤ ਚੁੱਕੇ ਨੇ। ਯਾਨੀ ਕਿ ਚੰਗੀ ਖਬਰ ਇਹ ਹੈ ਕਿ ਤੇਜ਼ੀ ਦੇ ਨਾਲ ਮਰੀਜ਼ ਜਿਹੜੇ ਨੇ ਉਹ ਠੀਕ ਵੀ ਹੋ ਰਹੇ ਨੇ। ਇਸ ਦੇ ਵਿੱਚ ਹਰਿਆਣਾ ਸਭ ਤੋਂ ਅੱਗੇ ਹੈ। ਹਰਿਆਣਾ ਦੇ ਵਿੱਚ ਮਰੀਜ਼ਾਂ ਦੇ ਠੀਕ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਗੱਲ ਕਰਾਂਗੇ ਦੁਨੀਆ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੀ। 25 ਲੱਖ ਤੋਂ ਵੱਧ ਲੋਕ ਪੂਰੀ ਦੁਨੀਆ ਦੇ ਵਿੱਚ ਇਸ ਸੰਕਰਮਣ ਦੇ ਨਾਲ ਸੰਕਰਮਿਤ ਨੇ ਤਾਂ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ ਵੀ ਵੱਧਦੀ ਜਾ ਰਹੀ ਹੈ। ਹੁਣ ਤੱਕ 2.25 ਲੱਖ ਦੇ ਕਰੀਬ ਲੋਕ ਅਜਿਹੇ ਨੇ ਜਿਹੜੇ ਇਸ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਾਅਦ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੇ। ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ। ਅਮਰੀਕਾ ਦੇ ਵਿੱਚ ਹੁਣ ਤੱਕ 45,000 ਦੇ ਕਰੀਬ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਕੋਰੋਨਾ ਨਾਲ ਪੀੜਿਤ ਹੋਣ ਤੋਂ ਬਾਅਦ। ਅਮਰੀਕਾ ਦੇ ਵਿੱਚ ਕੁੱਲ ਪੀੜਤਾਂ ਦੀ ਗਿਣਤੀ ਜਿਹੜੀ ਹੈ ਉਹ ਵੀ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ 8.25 ਲੱਖ ਦੇ ਕਰੀਬ ਲੋਕ ਜਿਹੜੇ ਨੇ ਇਸ ਬਿਮਾਰੀ ਦੇ ਨਾਲ ਸੰਕਰਮਿਤ ਨੇ। ਇਟਲੀ ਦੇ ਵਿੱਚ 24,000 ਲੋਕ ਜਿਹੜੇ ਨੇ ਉਹ ਜਾਨ ਗਵਾ ਚੁੱਕੇ ਨੇ ਇਸ ਬਿਮਾਰੀ ਨਾਲ ਪੀੜਿਤ ਹੋਣ ਤੋਂ ਬਾਅਦ। ਇਟਲੀ ਦੇ ਵਿੱਚ ਤੋਂ ਬਾਅਦ ਸਪੇਨ ਦੀ ਗੱਲ ਕਰਾਂਗੇ। ਸਪੇਨ ਦੇ ਵਿੱਚ ਵੀ ਮੌਤਾਂ ਦਾ ਸਿਲਸਿਲਾ ਜਾਰੀ ਹੈ। 21,000 ਤੋਂ ਵੱਧ ਮੌਤਾਂ ਹੋਈਆਂ ਨੇ। ਬ੍ਰਿਟੇਨ ਦੇ ਵਿੱਚ ਮੌਤਾਂ ਦਾ ਸਿਲਸਿਲਾ ਜਾਰੀ ਹੈ। 17,000 ਤੋਂ ਵੱਧ ਮੌਤਾਂ ਹੋਈਆਂ ਨੇ। ਫਰਾਂਸ ਦੇ ਵਿੱਚ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ 20,000 ਤੋਂ ਵੱਧ ਮੌਤਾਂ ਇਸ ਬਿਮਾਰੀ ਦੇ ਸੰਕਰਮਣ ਨਾਲ ਹੋ ਚੁੱਕੀਆਂ ਨੇ। ਇਸ ਤਰ੍ਹਾਂ ਹੁਣ ਤੱਕ ਦੀਆਂ ਖਬਰਾਂ, ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਮਿਲਾਂਗੇ। ਦੇਖਦੇ ਰਹੋ ਚੱਕਦੇ ਟੀਵੀ। ਸਤਿ ਸ਼੍ਰੀ ਅਕਾਲ।